ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 11 ਅਗਸਤ ਦਿਨ ਐਤਵਾਰ ਸਵੇਰ ਦੇ ਕਰੀਬ 7:30 ਵਜੇ ਮਿਊਂਸੀਪਲ ਪਾਰਕ ਕੋਟਕਪੂਰਾ ਜਿਹੜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵਾਲੀ ਸਾਰੀ ਟੀਮ ਅੱਜ ਪਹੁੰਚੀ ਹੈ ਦਿਹਾਤੀ ਕੋਟਕਪੂਰਾ ਦੇ ਸਰਪੰਚ ਰਵਿੰਦਰ ਸਿੰਘ ਰਵੀ ਮੋੜ ਦੀ ਰਹਿਸ਼ 'ਤੇ ਇੱਥੇ ਅੱਜ ਪ੍ਰੋਗਰਾਮ ਬਣਿਆ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਬਚਨ ਸਿੰਘ ਟੋਨੀ ਦੇ ਫਾਰਮ ਹਾਊਸ 'ਤੇ ਪਿਛਲੇ ਹਫ਼ਤੇ 200 ਬੂਟਾ ਲਾਇਆ ਸੀ ਨਹੀਂ 400 ਬੂਟਾ ਲਾਇਆ ਸੀ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਾਉਣ ਜਾ ਰਹੇ ਹਾਂ ਪਹਿਲਾਂ ਸਾਰੀ ਟੀਮ ਦਾ ਸਵਾਗਤ ਕੀਤਾ ਰਵੀ ਮੋੜ ਸਰਪੰਚ ਦੀ ਅਗਵਾਈ ਵਾਲੀ ਟੀਮ ਨੇ ਲਿਆਓ ਆਪਾਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਕੋਲ ਲੈ ਚੱਲੇ ਹਾਂ ਅੱਜ ਦੇ ਬੂਟਾ ਲਾਉਣ ਵਾਲੀ ਇਸ ਮੁਹਿੰਮ ਦੇ ਮੁੱਖ ਮਹਿਮਾਨ ਨੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਅਜੇ ਪਾਲ ਸਿੰਘ ਸੰਧੂ ਰਹਿਸ਼ 'ਤੇ ਬੈਠੇ ਹਾਂ ਅਸੀਂ ਰਵਿੰਦਰ ਸਿੰਘ ਰਵੀ ਮੋੜ ਜੋ ਸਰਪੰਚ ਨੇ ਮੈਂ ਬੇਨਤੀ ਕਰਾਂ ਗੁਰਬਚਨ ਸਿੰਘ ਟੋਨੀ ਨੂੰ ਕਿ ਉਹ ਸੰਧੂ ਸਾਹਿਬ ਦਾ ਮੂੰਹ ਮਿੱਠਾ ਕਰਾਉਣਗੇ ਸਾਰੇ ਤਾੜੀ ਮਾਰ ਦਿਓ ਬਈ ਜਗਸੀਰ ਸਿੰਘ ਤੁਸੀਂ ਕਰਾਓ ਜੀ ਸਰਪੰਚ ਸਾਹਿਬ ਦਾ ਮੂੰਹ ਮਿੱਠਾ ਲਓ ਜੀ ਲਓ ਜੀ ਪ੍ਰਧਾਨ ਜੀ ਨੇ ਵੀ ਮੂੰਹ ਮਿੱਠਾ ਕਰਾਤਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਸਮੁੱਚੀ ਟੀਮ ਵੱਲੋਂ ਸਰਪੰਚ ਰਵੀ ਮੋੜ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਅੱਜ ਬਹੁਤ ਸੇਵਾ ਕੀਤੀ ਸਾਡੇ ਵੱਲੋਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਰਵੀ ਮੋੜ ਦੇ ਸਮੁੱਚੇ ਪਰਿਵਾਰ ਅਤੇ ਅਜੇ ਪਾਲ ਸਿੰਘ ਸੰਧੂ ਦੇ ਸਮੁੱਚੇ ਪਰਿਵਾਰ ਅਤੇ ਗੁਰਬਚਨ ਸਿੰਘ ਟੋਨੀ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਮੈਂ ਗੁਰਿੰਦਰ ਸਿੰਘ ਕੋਟਕਪੂਰਾ